वाहिगुरु जी का खालसा, वाहिगुरु जी की फतेह। स्टैपिंग स्टोन पंजाबी रीडर 6 विच तुहाडा सारिआं दा स्वागत है। मैं अरशिंदरपाल कौर अज तुहाडे लई पाठ नंबर 15 लैके हाजिर हाँ। चलो असीं अज नवां पाठ सीखदे हाँ। पंजाब, पंजाब दा मतलब है पंज आब, मतलब पंज पाणी। सो पंजाब स्टेट का नाम जिहड़ा हैगा पंजां पाणियां तो, पंज दरियावां तो बनिया है पंजाब का नाम। यह साडा सूबा है। सो अज असी अपने पंजाब बारे सिखांगे कि पंजाब दे विच की कुछ है, पंजाब किवें खास है। पहला हमेशा की तरह वोकैबलरी वर्ड्स, जिहड़े मुश्किल शब्द हैं उन्हां दे अर्थ सिखांगे। पहला शब्द है कुल, मतलब टोटल। छोटे शहर टाउन, वड्डे शहर सिटी। नक्शा मैप, खेत फार्म। स्वाद टेस्ट, खेतर एरिया। हद बाउंड्री और लिमिट। मशहूर फेमस। अनपढ़ इलिटरेट। खेती फार्मिंग। इतिहास हिस्ट्री। सो दिस इज़ द मैप, है ना। सो साड़ी पंजाब जिहड़ी स्टेट हैगी, पंजाब दा सूबा, उहदा इह मैप हैगा। सो इहदे विच इह सारे नाम जिहड़े हन इह डिस्ट्रिक्ट दे नाम ने। ते हुण असीं पंजाब दा लेख पढ़दे हाँ। पंजाब की धरती बहुत खास है। दुनिया का सब तो पुराना वेद ऋग्वेद इस धरती पर लिखा गया। इस धरती पर सिखां दे 9 गुरु साहबान का प्रकाश होया। 10 विचों 7 गुरु साहबान ने इस धरती पर अपना शरीर छड्डिया। असी गुरु साहब का प्रकाश होया जिथे गुरु साहब का जन्म होया हुंदा है, असी गुरु साहब का प्रकाश कहते हैं। सो दसा साढ़े 10 गुरु ਜਿਹੜੇ ਸਿਖਾਉਂਦੇ ਨੇ, ਉਹਨਾਂ ਵਿੱਚੋਂ 9 ਗੁਰੂ ਸਾਹਿਬਾਨ ਦਾ ਪ੍ਰਕਾਸ਼ ਹੋਇਆ। ਅਤੇ 10ਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਕਿੱਥੇ ਹੋਇਆ ਸੀ? ਉਹ ਪਟਨਾ ਸਾਹਿਬ ਦੇ ਵਿੱਚ ਹੋਇਆ ਸੀ, ਠੀਕ ਹੈ। ਉਹ ਪੰਜਾਬ ਵਿੱਚ ਨਹੀਂ ਹੈ, ਉਹ ਹੋਰ ਸਟੇਟ ਵਿੱਚ ਹੈ। ਸੋ 10 ਵਿੱਚੋਂ 7 ਗੁਰੂ ਸਾਹਿਬਾਨ ਨੇ ਇਸ ਧਰਤੀ 'ਤੇ ਆਪਣਾ ਸਰੀਰ ਛੱਡਿਆ। ਸਰੀਰ ਛੱਡਿਆ ਮਤਲਬ ਜਦੋਂ ਗੁਰੂ ਸਾਹਿਬ ਜੋਤੀ ਜੋਤ ਸਮਾਏ, ਜਦੋਂ ਉਹ ਪੂਰੇ ਹੋ ਗਏ ਅਤੇ ਉਹ ਸੱਚਖੰਡ ਚਲੇ ਗਏ, ਠੀਕ ਹੈ। ਉਹ ਵਾਹਿਗੁਰੂ ਜੀ ਕੋਲ ਚਲੇ ਗਏ। ਸੋ ਸਰੀਰ ਛੱਡਣ ਦਾ ਮਤਲਬ ਇਹ ਹੈ। ਸੋ ਇਹ ਸਟੇਟ 1966 ਵਿੱਚ ਬਣੀ। ਪੰਜਾਬ ਦਾ ਕੁੱਲ ਏਰੀਆ 31,275 ਮੀਲ ਹੈ। ਪੰਜਾਬ ਵਿੱਚ 12,278 ਪਿੰਡ ਹਨ। ਪੰਜਾਬ ਵਿੱਚ 16 ਵੱਡੇ ਸ਼ਹਿਰ ਹਨ ਅਤੇ 145 ਛੋਟੇ ਸ਼ਹਿਰ ਹਨ। ਚੰਡੀਗੜ੍ਹ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੀ ਰਾਜਧਾਨੀ ਵੀ ਹੈ। ਵੱਡੇ ਸ਼ਹਿਰਾਂ ਵਿੱਚ ਵੱਡੀਆਂ ਦੁਕਾਨਾਂ, ਫੈਕਟਰੀਆਂ, ਸਕੂਲ, ਕਾਲਜ, ਹਸਪਤਾਲ ਅਤੇ ਸਟੇਟ ਦੇ ਦਫ਼ਤਰ ਹੁੰਦੇ ਹਨ। ਅਤੇ ਛੋਟੇ ਸ਼ਹਿਰਾਂ ਵਿੱਚ ਛੋਟੇ ਛੋਟੇ ਬਿਜ਼ਨਸ, ਸਕੂਲ ਅਤੇ ਕੁਝ ਸਰਕਾਰੀ ਦਫ਼ਤਰ ਹੁੰਦੇ ਹਨ। ਨਕਸ਼ੇ ਉੱਪਰ, ਨਕਸ਼ੇ ਵਿੱਚ ਮਤਲਬ ਪਿਛਲੇ ਪੇਜ 'ਤੇ ਜਿਹੜਾ ਨਕਸ਼ਾ ਸੀਗਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ। ਨਕਸ਼ੇ ਵਿੱਚ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਨਾਂ ਲਿਖੇ ਹਨ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਹੈ। ਪੰਜਾਬ ਵਿੱਚ 36 ਮਿਲੀਅਨ ਲੋਕ ਰਹਿੰਦੇ ਹਨ। ਪੰਜਾਬ ਵਿੱਚ ਪੰਜਾਬੀ ਬੋਲੀ ਜਾਂਦੀ ਹੈ। ਪੰਜਾਬੀ ਬੋਲੀ ਗੁਰਮੁਖੀ ਲਿਪੀ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਗੁਰਮੁਖੀ ਲਿਪੀ ਵਿੱਚ 41 ਅੱਖਰ, 3 ਅੱਧੇ ਅੱਖਰ, 9 ਮਾਤਰਾ ਚਿੰਨ੍ਹ, 10 ਮਾਤਰਾ ਆਵਾਜ਼ਾਂ ਅਤੇ 3 ਹੋਰ ਆਵਾਜ਼ ਬਦਲਣ ਵਾਲੇ ਚਿੰਨ੍ਹ ਹਨ। ਪੰਜਾਬੀ ਬੋਲੀ ਦਾ ਹਰ ਅੱਖਰ ਸਿਰਫ ਇੱਕ ਹੀ ਆਵਾਜ਼ ਕਰਦਾ ਹੈ। ਸੋ ਪੰਜਾਬੀ ਬੋਲੀ ਬਾਰੇ ਤੁਸੀਂ ਸਿੱਖ ਰਹੇ ਹੋ, ਤੁਸੀਂ ਜਿਹੜੀ ਗੁਰਮੁਖੀ ਸਕ੍ਰਿਪਟ ਸਿੱਖੀ ਹੋਈ ਹੈ, ਤੁਹਾਨੂੰ ਸਾਰੇ ਅੱਖਰਾਂ ਦਾ ਪਤਾ, ਤੁਹਾਨੂੰ ਮਾਤਰਾ ਦਾ ਪਤਾ, ਤੁਹਾਨੂੰ ਅੱਧੇ ਅੱਖਰ ਜਿਹੜੇ ਆ ਪੈਰ ਹਾਹਾ, ਪੈਰ ਰਾਰਾ, ਪੈਰ ਵਾਵਾ, ਉਹਨਾਂ ਦਾ ਪਤਾ ਹੈ। ਅਤੇ ਜਿਹੜੀਆਂ ਮਾਤਰਾ ਹੈਗੀਆਂ ਜਿੱਦਾਂ ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ ਦੁਲਾਂ, ਹੁੜਾ, ਪਨੈਰ, ਪਨੌੜਾ, ਤੁਹਾਨੂੰ ਸਾਰਾ ਇਹ ਪਤਾ। ਸੋ ਤੁਹਾਨੂੰ ਕਾਫੀ ਕੁਛ ਪਤਾ ਇਹਦੇ ਵਿੱਚੋਂ ਪੰਜਾਬੀ ਬੋਲੀ ਦੇ ਵਿੱਚ।
ਜਿਹੜੀ ਗੁਰਮੁਖੀ ਲਿਪੀ ਦੇ ਵਿੱਚ ਅਸੀਂ ਲਿਖਦੇ ਹਾਂ ਅਤੇ ਉਹਦੇ ਵਿੱਚ ਕਿਹੜੇ ਕਿਹੜੇ ਅੱਖਰ ਕਿਹੜੀਆਂ ਮਾਤਰਾ ਹੁੰਦੀਆਂ। ਠੀਕ ਹੈ, ਪੰਜਾਬ ਵਿੱਚ 100 ਵਿੱਚੋਂ ਸਿਰਫ 69 ਲੋਕ ਪੜ੍ਹ ਜਾਂ ਲਿਖ ਸਕਦੇ ਹਨ। ਇਸ ਦਾ ਮਤਲਬ ਹੈ ਕਿ 100 ਵਿੱਚੋਂ 31 ਲੋਕ ਪੜ੍ਹ ਨਹੀਂ ਸਕਦੇ ਜਾਂ ਅਨਪੜ੍ਹ ਹਨ। ਰਾਈਟ, ਅਨਪੜ੍ਹ ਅਸੀਂ ਕਿਹਾ ਸੀਗਾ ਜਿਹੜੇ ਪੜ੍ਹੇ ਨਹੀਂ ਹੈ, ਰਾਈਟ, ਅਨਐਜੂਕੇਟਡ ਇਲਿਟਰੇਟ ਹੈ ਨਾ। ਪੰਜਾਬ ਵਿੱਚ 70% ਲੋਕ ਪਿੰਡਾਂ ਵਿੱਚ ਰਹਿੰਦੇ ਹਨ। 70% ਮੀਨਸ 70% ਹੈ ਨਾ। ਪਿੰਡਾਂ ਵਿੱਚ ਖੇਤ ਹੁੰਦੇ ਹਨ ਅਤੇ ਪੰਜਾਬ ਦੇ ਬਹੁਤ ਲੋਕ ਕਿਸਾਨ ਹਨ ਅਤੇ ਖੇਤੀ ਕਰਦੇ ਹਨ। ਸਿੱਖਾਂ ਦਾ ਸਭ ਤੋਂ ਮਸ਼ਹੂਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਹੈ। ਅੰਮ੍ਰਿਤਸਰ ਸ਼ਹਿਰ ਦੀ ਹੱਦ ਪਾਕਿਸਤਾਨ ਦੇਸ਼ ਦੇ ਨਾਲ ਲੱਗਦੀ ਹੈ। ਪਾਕਿਸਤਾਨ ਸਾਡਾ ਗੁਆਂਢੀ ਦੇਸ਼ ਹੈ, ਉਹਦੇ ਨਾਲ ਹੋਰ ਦੇਸ਼ ਹੈ ਜਿੱਦਾਂ ਭਾਰਤ ਦੇ ਨਾਲ ਦੀ ਪਾਕਿਸਤਾਨ ਦੇਸ਼ ਹੈ ਅਤੇ ਅੰਮ੍ਰਿਤਸਰ ਦੇ ਨਾਲ ਇਹਦੀ ਹੱਦ ਲੱਗਦੀ ਹੈ। ਠੀਕ ਹੈ, ਪੰਜਾਬ ਵਿੱਚ 4 ਮੌਸਮ ਹੁੰਦੇ ਹਨ, ਗਰਮੀ, ਮੀਂਹ, ਸਰਦੀ ਅਤੇ ਬਸੰਤ। ਪਤਝੜ ਅਤੇ ਬਸੰਤ ਰੁੱਤ ਜਿਹੜੀ ਬਹੁਤ ਥੋੜ੍ਹੀ ਦੇਰ ਲਈ ਆਉਂਦੇ ਹਨ, ਬਾਕੀ ਮਹੀਨਿਆਂ ਵਿੱਚ ਤਾਂ ਬਹੁਤ ਗਰਮੀ ਹੁੰਦੀ ਹੈ ਜਾਂ ਫਿਰ ਬਹੁਤ ਮੀਂਹ ਪੈਂਦੇ ਹਨ। ਗਰਮੀਆਂ ਅਤੇ ਮੀਂਹ ਦੇ ਮੌਸਮਾਂ ਵਿੱਚ ਬਿਮਾਰ ਹੋਣ ਦਾ ਡਰ ਜ਼ਿਆਦਾ ਹੁੰਦਾ ਹੈ, ਉੱਥੇ ਗੰਦਗੀ ਹੋਣ ਕਰਕੇ ਮੱਛਰ ਮੱਖੀਆਂ ਬਹੁਤ ਹਨ। ਮੱਛਰਾਂ ਦੇ ਕੱਟਣ ਨਾਲ ਮਲੇਰੀਆ ਹੋ ਜਾਂਦਾ ਹੈ ਅਤੇ ਮੱਖੀਆਂ ਦੀ ਗੰਦਗੀ ਨਾਲ ਹੈਜ਼ਾ। ਜਦ ਅਮਰੀਕਾ ਜਾਂ ਕੈਨੇਡਾ ਰਹਿਣ ਵਾਲੇ ਲੋਕ ਪੰਜਾਬ ਜਾਂਦੇ ਹਨ ਤਾਂ ਉੱਥੇ ਦਾ ਪਾਣੀ ਪੀ ਕੇ ਬਿਮਾਰ ਹੋ ਜਾਂਦੇ ਹਨ। ਪੰਜਾਬ ਦਾ ਪਾਣੀ ਪੀਣ ਲਈ ਸਾਫ਼ ਨਹੀਂ ਹੁੰਦਾ, ਉਸ ਵਿੱਚ ਜ਼ਰਮ ਜਾਂ ਕੀਟਾਣੂ ਹੁੰਦੇ ਹਨ ਜੋ ਸਾਨੂੰ ਬਿਮਾਰ ਕਰ ਦਿੰਦੇ ਹਨ। ਇਸ ਲਈ ਸਾਨੂੰ ਉੱਥੇ ਜਾ ਕੇ ਨਾ ਤਾਂ ਨਲਕੇ ਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਨਾ ਹੀ ਕੱਚੀਆਂ ਸਬਜ਼ੀਆਂ ਜਾਂ ਸਲਾਦ ਖਾਣਾ ਚਾਹੀਦਾ ਹੈ। ਬੱਚਿਓ, ਪੰਜਾਬ ਦਾ ਪਾਣੀ ਕਾਫ਼ੀ ਖਰਾਬ ਹੋਇਆ ਹੋਇਆ ਹੈ। ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਉੱਥੇ ਲੋਕ ਰਹਿੰਦੇ ਆ ਉਹਨਾਂ ਨੂੰ ਪਾਣੀ ਵੀ ਸਾਫ਼ ਕਈ ਵਾਰੀ ਨਹੀਂ ਮਿਲਦਾ ਅਤੇ ਘਰਾਂ ਦੇ ਵਿੱਚ ਪਾਣੀ ਸਾਫ਼ ਕਰਨ ਵਾਸਤੇ ਜਿਹੜੇ ਹੈਗੇ ਆ ਉਹ ਅਪਰੇਟਸ ਲੱਗਾ ਹੋਇਆ ਉਹਦੇ ਨਾਲ ਪਾਣੀ ਸਾਫ਼ ਕਰਦੇ ਆ ਅਤੇ ਫਿਰ ਪਾਣੀ ਪੀਂਦੇ, ਜਾਂ ਲੋਕ ਪਾਣੀ ਉਬਾਲ ਕੇ ਪੀਂਦੇ ਆ। ਅਤੇ ਤੁਸੀਂ ਵੀ, ਤੁਹਾਡੇ ਵਿੱਚੋਂ ਵੀ ਜਿਹੜੇ ਬੱਚੇ ਪੰਜਾਬ ਗਏ ਹੋਣਗੇ, ਤੁਸੀਂ ਵੀ ਦੇਖਿਆ ਹੋਊਗਾ ਜਾਂ ਤੁਸੀਂ ਜਾ ਕੇ ਉੱਥੇ ਬੋਤਲਾਂ ਦਾ ਪਾਣੀ ਪੀਂਦੇ ਹੋ ਜਾਂ ਫਿਰ ਪਾਣੀ ਉਬਾਲ ਕੇ ਪੀਂਦੇ ਹੋ, ਕਿਉਂਕਿ ਕਈ ਵਾਰੀ ਪਾਣੀ ਜਿਹੜਾ ਸਾਫ਼ ਨਹੀਂ ਹੈਗਾ ਅਤੇ ਉਹਦੇ ਕਰਕੇ ਅਸੀਂ ਬਿਮਾਰ ਹੋ ਜਾਂਦੇ ਹਾਂ ਅਤੇ ਬੜੀ ਦੁੱਖ ਦੀ ਗੱਲ ਹੈ ਇਹ। ਅਤੇ ਹੁਣ ਸਾਨੂੰ ਪੰਜਾਬ ਦੇ ਵਿੱਚ ਵੀ ਬਹੁਤ ਲੋਕ ਇਸ ਗੱਲ ਲਈ ਅਵੇਅਰ ਹੋ ਰਹੇ ਆ ਕਿ ਪਾਣੀ ਸਾਨੂੰ ਸਾਡਾ ਸਾਫ਼ ਹੋਣਾ ਚਾਹੀਦਾ ਹੈ ਅਤੇ ਖੇਤਾਂ ਦੇ ਵਿੱਚ ਜਿਹੜੀ ਖਾਦ ਪੈਂਦੀ ਆ ਜਾਂ ਫੈਕਟਰੀਆਂ ਦਾ ਗੰਦਾ ਪਾਣੀ ਪੈਂਦਾ ਹੈ ਉਹਦੇ ਕਰਕੇ ਪਾਣੀ ਜਿਹੜਾ ਜ਼ਮੀਨ ਦੇ ਥੱਲੇ ਪਾਣੀ ਉਹ ਖਰਾਬ ਹੋ ਰਿਹਾ। ਅਤੇ ਫਿਰ ਵੀ ਪੰਜਾਬ ਜਾ ਕੇ ਬਹੁਤ ਚੰਗਾ ਲੱਗਦਾ ਹੈ, ਉੱਥੇ ਦੇ ਖਾਣੇ ਵਿੱਚ ਵੱਖਰੀ ਹੀ ਖੁਸ਼ਬੂ ਹੈ, ਉੱਥੋਂ ਦੇ ਲੋਕਾਂ ਵਿੱਚ ਵੱਖਰਾ ਹੀ ਪਿਆਰ ਹੈ, ਉੱਥੋਂ ਦੇ ਖੇਤ ਵੇਖ ਕੇ ਵੱਖਰਾ ਹੀ ਸਵਾਦ ਆ ਜਾਂਦਾ ਹੈ ਅਤੇ ਉੱਥੋਂ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਸਿੱਖ ਇਤਿਹਾਸ ਯਾਦ ਆ ਜਾਂਦਾ ਹੈ, ਕਿਉਂਕਿ ਸਾਨੂੰ ਉੱਥੇ ਜਾ ਕੇ ਇਸ ਤਰ੍ਹਾਂ ਲੱਗਦਾ ਕਿ ਇਸ ਥਾਂ 'ਤੇ ਸਾਡੇ ਗੁਰੂ ਸਾਹਿਬ ਬੈਠੇ ਸੀ, ਇਸ ਥਾਂ 'ਤੇ ਗੁਰੂ ਸਾਹਿਬ ਨੇ ਗੁਰਦੁਆਰੇ ਦੀ ਗੁਰਦੁਆਰਾ ਬਣਾਇਆ, ਇਸ ਸ਼ਹਿਰ ਵਸਾਇਆ, ਇੱਥੇ ਗੁਰੂ ਸਾਹਿਬ ਸਿੱਖ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਉਹਨਾਂ ਦੀ ਰਚਨਾ ਹੋਈ। ਸੋ ਉਹ ਸਾਰੀਆਂ ਗੱਲਾਂ ਸਾਨੂੰ ਉੱਥੇ ਜਾ ਕੇ ਯਾਦ ਆ ਜਾਂਦੀਆਂ, ਸਾਡੇ ਲਈ ਉਹ ਬਹੁਤ ਖਾਸ ਥਾਵਾਂ ਹੈਗੀਆਂ ਨੇ ਅਤੇ ਇਸ ਕਰਕੇ ਉੱਥੇ ਜਾ ਕੇ ਸਾਨੂੰ ਬਹੁਤ ਚੰਗਾ ਲੱਗਦਾ। ਤੁਸੀਂ ਵੀ ਜਦੋਂ ਜਾਓਗੇ, ਤੁਸੀਂ ਵੀ ਜਾ ਕੇ ਉੱਥੇ ਜਾ ਕੇ ਤੁਸੀਂ ਦਰਸ਼ਨ ਕਰਨਾ। ਜੇ ਪੰਜਾਬ ਕਿਸੇ ਤਿਉਹਾਰ ਦੇ ਟਾਈਮ 'ਤੇ ਜਾਈਏ ਫਿਰ ਤਾਂ ਬਹੁਤ ਹੀ ਮਜ਼ਾ ਆਉਂਦਾ ਹੈ। ਲੋਕ ਘਰਾਂ ਨੂੰ ਸਜਾਉਂਦੇ ਹਨ, ਗੁਰਦੁਆਰਿਆਂ ਵਿੱਚ ਖਾਸ ਪ੍ਰੋਗਰਾਮ ਕੀਤੇ ਜਾਂਦੇ ਹਨ, ਮਿਠਾਈਆਂ ਦੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ, ਪਟਾਕੇ ਚਲਾਏ ਜਾਂਦੇ ਹਨ। ਤੁਹਾਨੂੰ ਯਾਦ ਆਇਆ ਮਿਠਾਈਆਂ ਦੀਆਂ ਦੁਕਾਨਾਂ ਅਤੇ ਪਟਾਕਿਆਂ ਤੋਂ ਕਿ ਕਿਹੜੇ ਤਿਉਹਾਰ ਦੀ ਗੱਲ ਕਰਦੇ ਪਏ ਹਾਂ? ਅਸੀਂ ਇੱਥੇ ਖਾਸ ਕਰਕੇ ਦੀਵਾਲੀ ਦੇ ਤਿਉਹਾਰ ਦੀ ਗੱਲ ਕਰਦੇ ਪਏ ਹਾਂ ਨਾ, ਜਾਂ ਗੁਰਪੁਰਬ 'ਤੇ ਵੀ ਕਈ ਵਾਰੀ ਪਟਾਕੇ ਚਲਾਉਂਦੇ ਨੇ, ਆਤਿਸ਼ਬਾਜ਼ੀਆਂ ਚਲਾਉਂਦੇ ਨੇ, ਪਰ ਆਮ ਤੌਰ 'ਤੇ ਦੀਵਾਲੀ 'ਤੇ ਬਹੁਤ ਜ਼ਿਆਦਾ ਪਟਾਕੇ 'ਤੇ ਚਲਾਏ ਜਾਂਦੇ, ਮਿਠਾਈਆਂ ਦੀਆਂ ਦੁਕਾਨਾਂ ਸਜਾਈਆਂ ਜਾਂਦੀਆਂ। ਲੋਕ ਉੱਥੇ ਤਿਉਹਾਰ ਬਹੁਤ ਖੁਸ਼ੀ ਨਾਲ ਮਨਾਉਂਦੇ ਹਨ। ਇੱਥੇ ਅਮਰੀਕਾ ਕੈਨੇਡਾ ਵਿੱਚ ਤਾਂ ਸਾਨੂੰ ਕਈ ਵਾਰ ਪਤਾ ਹੀ ਨਹੀਂ ਲੱਗਦਾ ਕਿ ਕਦ ਤਿਉਹਾਰ ਆਇਆ ਅਤੇ ਕਦ ਲੰਘ ਵੀ ਗਿਆ ਹੈ ਨਾ। ਸੋ ਸਾਨੂੰ ਗੁਰਦੁਆਰੇ ਆ ਕੇ
ਬਹੁਤ ਚੰਗਾ ਲੱਗਦਾ। ਉੱਥੇ ਅਸੀਂ ਆ ਕੇ ਜਦੋਂ ਦਿਵਾਲੀ ਦਾ ਤਿਉਹਾਰ ਜਾਂ ਵਿਸਾਖੀ ਦਾ ਤਿਉਹਾਰ ਮਨਾਉਂਦੇ ਹਾਂ ਜਾਂ ਅਸੀਂ ਹੋਲਾ ਮਹੱਲਾ ਮਨਾਉਂਦੇ ਹਾਂ ਤਾਂ ਸਾਨੂੰ ਬਹੁਤ ਚੰਗਾ ਲੱਗਦਾ, ਪਰ ਆਮ ਤੌਰ 'ਤੇ ਸਾਨੂੰ ਆਪਣੇ ਘਰਾਂ ਵਿੱਚ ਆਲੇ ਦੁਆਲੇ ਸਾਨੂੰ ਪਤਾ ਨਹੀਂ ਲੱਗਦਾ ਕਿ ਅੱਜ ਕੋਈ ਖਾਸ ਤਿਉਹਾਰ ਹੈ। ਸੋ ਬੱਚਿਓ, ਇਹ ਪੰਜਾਬ ਬਾਰੇ ਅਸੀਂ ਪੜ੍ਹਿਆ, ਪੰਜਾਬ ਦੇ ਮੌਸਮ, ਪੰਜਾਬ ਦੇ ਪਿੰਡਾਂ ਬਾਰੇ, ਉਹਨਾਂ ਦੇ ਸ਼ਹਿਰਾਂ ਬਾਰੇ, ਪੰਜਾਬ ਦੇ ਕਿੰਨੇ ਉਹਦੇ ਵਿੱਚ ਜ਼ਿਲ੍ਹੇ ਨੇ, ਵੱਖਰੇ ਵੱਖਰੇ ਪੰਜਾਬ ਦੇ ਮੈਪ ਬਾਰੇ, ਅਤੇ ਪੰਜਾਬ ਦੇ ਜਾ ਕੇ ਕਿਸ ਤਰ੍ਹਾਂ ਸਾਨੂੰ ਲੱਗਦਾ ਉੱਥੋਂ ਦੇ ਇਤਿਹਾਸ ਬਾਰੇ ਸਿੱਖ ਕੇ, ਗੁਰੂ ਸਾਹਿਬਾਨ ਦੇ ਬਾਰੇ ਸਿੱਖ ਕੇ ਚੰਗਾ ਲੱਗਦਾ ਹੈ ਨਾ ਦੇਖ ਕੇ। ਸੋ ਇਹ ਸੀ ਪੰਜਾਬ ਦੇ ਸਾਡਾ ਲੇਖ, ਅਤੇ ਹੁਣ ਅਸੀਂ ਗੱਲ ਕਰਾਂਗੇ ਜਿਹੜੀਆਂ ਤੁਸੀਂ ਫੋਲੋ ਅਪ ਐਕਸਰਸਾਈਜ਼ ਕਰਦੇ ਹੋ ਹਰ ਪਾਠ ਤੋਂ ਬਾਅਦ, ਗ੍ਰੈਮਰ ਪੁਆਇੰਟਸ, ਕੰਜੰਕਸ਼ਨਸ, ਰਾਈਟ। ਸੋ ਇਹ ਤੁਸਾਂ ਤੁਹਾਡੇ ਕੋਲ ਵਰਡਸ ਹੈਗੇ ਨੇ, ਜਾਂ ਤਾਂ ਆਈਦਰ, ਨਾ ਤਾਂ, ਨਾਈਦਰ, ਫਿਰ ਵੀ, ਈਵਨ, ਦੈਨ, ਸਟਿਲ, ਅਤੇ ਜਾਂ, ਔਰ, ਅਤੇ ਨਾ ਹੀ, ਨੋਰ, ਰਾਈਟ। ਸੋ ਇਹ ਵਰਡਸ ਜਿਹੜੇ ਤੁਸੀਂ ਇਸ ਪਾਠ ਦੇ ਵਿੱਚ ਪੜ੍ਹੋਗੇ, ਪੜ੍ਹੇ ਹੈਗੇ ਆ, ਅਤੇ ਤੁਸੀਂ ਦੁਬਾਰਾ ਵੀ ਇਹਦੇ ਵਿੱਚੋਂ ਪੜ੍ਹਨਾ। ਗ੍ਰੈਮਰ ਪੁਆਇੰਟ 2, ਪ੍ਰੀਫਿਕਸਿਸ, ਹੈ ਨਾ। ਸੋ ਇਹ ਤੁਹਾਡੇ ਕੋਲ ਹੈਗੇ ਆ ਜਿਹੜੇ ਪ੍ਰੀਫਿਕਸਿਸ ਹੁੰਦੇ ਆ, ਕਿ ਜਦੋਂ ਅਸੀਂ ਪ੍ਰੀਫਿਕਸ ਲਗਾ ਦਿੰਦੇ ਹਾਂ ਕਿਸੇ ਵਰਡ ਦੇ ਅੱਗੇ, ਤਾਂ ਉਹਦਾ ਓਰਿਜਨਲ ਵਰਡ ਦਾ ਮੀਨਿੰਗ ਚੇਂਜ ਹੋ ਜਾਂਦਾ, ਰਾਈਟ। ਸੋ ਇੱਕ ਹੋਰ ਨਵਾਂ ਵਰਡ ਬਣ ਜਾਂਦਾ। ਵੀ ਵਿਲ ਲਰਨ ਅਬਾਊਟ ਦ ਪ੍ਰੀਫਿਕਸਿਸ ਅਨ ਐਂਡ ਅ, ਦੈਟ ਮੀਨਸ ਨੋਟ, ਹੈ ਨਾ। ਸੀ ਦੀਸ ਐਗਜ਼ੈਂਪਲਸ, ਐਗਜ਼ੈਂਪਲਸ ਇੱਥੇ ਹੈਗੀਆਂ, ਪ੍ਰੀਫਿਕਸ ਕੀ ਹੈਗਾ, ਅਨ, ਅਤੇ ਓਰਿਜਨਲ ਵਰਡ ਹੈਗਾ ਪੜ੍ਹ, ਅਨਪੜ੍ਹ ਬਿਕਮਸ ਇਲਿਟਰੇਟ, ਰਾਈਟ। ਅਨਪੜ੍ਹ, ਅਣ ਗਿਣਤ, ਅਨਕਾਊਂਟੇਬਲ, ਅਣਪਛਾਤਾ, ਅਨਆਈਡੈਂਟੀਫਾਈਡ, ਅਸਫਲ, ਇਟਸ ਅਨਸਕਸੈਸਫੁਲ, ਰਾਈਟ। ਸਫਲ ਇਜ਼ ਸਕਸੈਸਫੁਲ, ਅਤੇ ਅਸਫਲ ਅਨਸਕਸੈਸਫੁਲ, ਅਧਰਮੀ, ਅਧਰਮੀ, ਅਨਰਿਲੀਜੀਅਸ, ਅਸਹਿ, ਇਨਟੋਲਰੇਬਲ, ਅਕਹਿ, ਅਨਸਪੀਕੇਬਲ, ਰਾਈਟ। ਸੋ ਇਹ ਵਰਡ ਜਿਹੜੇ ਹੈਗੇ ਆ, ਇਹ ਪ੍ਰੀਫਿਕਸ ਜਿਹੜਾ ਹੈਗਾ ਪਾਰਟ ਆਫ ਦਾ ਵਰਡ, ਇਹ ਲੱਗ ਕੇ ਇਹ ਨਵਾਂ ਸ਼ਬਦ ਬਣ ਜਾਂਦਾ ਇੱਥੇ, ਜਿਹੜੇ ਅਸੀਂ ਦੇਖਦੇ ਹਾਂ ਇਹਦੇ ਨਾਲ, ਇਹ ਲੱਗ ਕੇ ਤੁਸੀਂ ਇਹ ਨਵੇਂ ਵਰਡ ਸਿੱਖੇ। ਸੋ ਤੁਹਾਡੇ ਕੋਲ ਇੱਕ ਹੈਗਾ ਈਡੀਅਮ ਹੈਗਾ, ਅੱਖ ਲੱਗ ਗਈ, ਮੀਨਸ ਫੈਲ ਅਸਲੀ। ਸੋ ਲੈਂਗੁਏਜ ਫੰਕਸ਼ਨ, ਸੋ ਇਹ ਥੱਲੇ ਜਿਹੜੀ ਇੱਕ ਛੋਟੀ ਜਿਹੀ ਕਹਾਣੀ ਲਿਖੀ ਹੋਈ ਆ। ਸੋ ਪੰਜਾਬੀ ਬੱਸਿਸ ਐਂਡ ਟਰੱਕਸ ਹੈਵ ਇੰਟਰਸਟਿੰਗ ਮੈਸੇਜਿਸ ਔਨ ਦੇਅਰ ਰੇਅਰ ਐਂਡਸ। ਵਨ ਬੱਸ ਹੈਡ ਦਿਸ ਮੈਸੇਜ, ਇੱਕ ਬੱਸ ਦੇ ਪਿੱਛੇ ਲਿਖਿਆ ਹੋਇਆ ਸੀ। ਕੀ ਲਿਖਿਆ ਹੋਇਆ ਸੀ, ਤੁਸੀਂ ਪੜ੍ਹਿਆ ਹੋਣਾ ਜਦੋਂ ਪੰਜਾਬ ਗਏ ਹੋਵੋਗੇ, ਟਰੱਕਾਂ ਦੇ ਪਿੱਛੇ ਵੀ ਕਾਫੀ ਕੁਛ, ਬੱਸਾਂ ਦੇ ਪਿੱਛੇ ਵੀ ਲਿਖਿਆ ਹੁੰਦਾ ਹੈ, ਅਤੇ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਤੁਹਾਨੂੰ ਤੁਹਾਡੀ ਥਾਂ 'ਤੇ ਪਹੁੰਚਾ ਦਿਆਂਗੇ, ਮਤਲਬ ਵੇਅਰ ਯੂ ਵਾਂਟ ਟੂ ਗੋ ਵੀ ਵਿਲ ਟੇਕ ਯੂ ਦੇਅਰ, ਹੈ ਨਾ। ਸੋ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਤੁਹਾਨੂੰ ਤੁਹਾਡੀ ਥਾਂ 'ਤੇ ਪਹੁੰਚਾ ਦਿਆਂਗੇ, ਜੇ ਅੱਖ ਲੱਗ ਗਈ ਤਾਂ ਤੁਹਾਨੂੰ ਵਾਹਿਗੁਰੂ ਕੋਲ ਹੀ ਪਹੁੰਚਾ ਦਿਆਂਗੇ, ਮਤਲਬ ਜੇ ਸਾਨੂੰ ਨੀਂਦ ਆ ਗਈ ਤਾਂ ਫਿਰ ਕੀ ਹੋਊਗਾ, ਬੱਸ ਦਾ ਐਕਸੀਡੈਂਟ ਵੀ ਹੋ ਸਕਦਾ, ਅਤੇ ਪਰਮਾਤਮਾ ਕਰੇ ਕਦੀ ਨਾ ਹੋਵੇ ਇਸ ਤਰ੍ਹਾਂ। ਪਰ ਉਹਨਾਂ ਨੇ ਇਹ ਲਿਖਿਆ ਹੁੰਦਾ ਥੋੜ੍ਹਾ ਜਿਹਾ ਮਜ਼ਾਕ ਦੇ ਵਿੱਚ ਵੀ, ਫਿਰ ਤੁਹਾਨੂੰ ਵਾਹਿਗੁਰੂ ਕੋਲੇ ਪਹੁੰਚਾ ਦਿਆਂਗੇ, ਮਤਲਬ ਹੂ ਨੋਜ਼ ਕਿ ਕੀ ਹੋਊਗਾ ਫਿਰ, ਰਾਈਟ। ਸੋ ਰੀਡ ਦਿਸ ਕੈਪਸ਼ਨ, ਮੈਮੋਰਾਈਜ਼ ਇਟ ਐਂਡ ਦੈਨ ਟੈਲ ਇਟ ਟੂ ਸਮਵਨ ਐਟ ਹੋਮ, ਠੀਕ। ਸੋ ਪੰਜਾਬ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਪੂਰੇ ਵਾਕਾਂ ਵਿੱਚ ਲਿਖੋ, ਠੀਕ ਹੈ। ਇਹ ਤੁਹਾਡਾ ਅਭਿਆਸ ਨੰਬਰ 15.2, ਹਰ ਉੱਤਰ ਵਿੱਚ ਪ੍ਰਸ਼ਨਾਂ ਵਿੱਚੋਂ ਸ਼ਬਦ ਵਰਤੋ। ਪੰਜਾਬ ਵਿੱਚ ਕੁੱਲ ਪਿੰਡ ਕਿੰਨੇ, ਕੁੱਲ ਕਿੰਨੇ ਪਿੰਡ ਹਨ, ਠੀਕ ਹੈ। ਪੰਜਾਬ ਵਿੱਚ ਕੁੱਲ, ਠੀਕ, ਕਿੰਨੇ ਪਿੰਡ ਹਨ। ਪੰਜਾਬ ਦੇ ਕਿੰਨੇ ਲੋਕ ਪਿੰਡਾਂ ਵਿੱਚ ਰਹਿੰਦੇ ਹਨ। ਅਸੀਂ ਇੱਧਰ ਨੰਬਰ ਪੜ੍ਹਿਆ ਸੀ ਪਹਿਲਾਂ ਕਿ ਕਿੰਨੇ ਪਿੰਡ ਹਨ ਅਤੇ ਕਿੰਨੇ ਲੋਕ ਪਿੰਡਾਂ ਵਿੱਚ ਰਹਿੰਦੇ ਹਨ, ਹੈ ਨਾ। ਅਬਾਊਟ 70% ਅਸੀਂ ਕਿਹਾ ਸੀਗਾ ਕਿ ਪਿੰਡਾਂ ਵਿੱਚ ਰਹਿੰਦੇ ਹਨ। ਪੰਜਾਬ ਦੇ ਪਿੰਡਾਂ ਦੇ ਲੋਕ ਕੀ ਕੰਮ ਕਰਦੇ ਹਨ, ਹੈ ਨਾ। ਸੋ ਪੰਜਾਬ ਦੇ ਪਿੰਡਾਂ ਦੇ ਲੋਕ ਬਹੁਤੇ ਕਿਸਾਨ ਹਨ, ਅਤੇ ਅੱਜ ਕੱਲ੍ਹ ਬੱਚਿਓ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਅੰਦੋਲਨ ਚੱਲ ਰਿਹਾ, ਅਤੇ ਕਿਸਾਨ ਆਪਣੇ ਰਾਈਟਸ ਵਾਸਤੇ, ਆਪਣੇ ਹੱਕ ਲੈਣ ਵਾਸਤੇ ਦਿੱਲੀ ਆ ਕੇ ਉੱਥੇ ਪ੍ਰੋਟੈਸਟ ਕਰ ਰਹੇ ਆ, ਪੀਸਫੁਲ ਪ੍ਰੋਟੈਸਟ ਚੱਲ ਰਿਹਾ, ਤੁਸੀਂ ਜ਼ਰੂਰ ਖਬਰਾਂ 'ਚ ਦੇਖ ਰਹੇ ਹੋਣੇ ਅੱਜ ਕੱਲ੍ਹ। ਸੋ
ਇਹ ਬਹੁਤ ਹੀ ਸੀਰੀਅਸ ਜਿਹੜਾ ਮੈਟਰ ਅੱਜ ਕੱਲ੍ਹ ਹੈ ਕਿ ਪੰਜਾਬ ਦੇ ਲੋਕ ਬਹੁਤੇ ਖੇਤੀ ਕਰਦੇ ਅਤੇ ਆਪਣੇ ਹੱਕਾਂ ਵਾਸਤੇ ਅੱਜ ਕੱਲ੍ਹ ਉਹ ਪ੍ਰੋਟੈਸਟ ਕਰ ਰਹੇ ਆ। ਸੋ ਇੱਥੇ ਪੰਜਾਬੀ ਬੋਲੀ ਬਾਰੇ ਕੋਈ ਦੋ ਸੱਚਾਈਆਂ ਲਿਖੋ, ਰਾਈਟ, ਕਿ ਦੋ ਸੱਚਾਈਆਂ ਲਿਖਣੀਆਂ ਪੰਜਾਬੀ ਬੋਲੀ ਬਾਰੇ। ਆਪਾਂ ਪੜ੍ਹਿਆ ਸੀਗਾ ਕਿ ਉਹਦੀ ਗੁਰਮੁਖੀ ਲਿਪੀ ਆ, ਗੁਰਮੁਖੀ ਲਿਪੀ ਦੇ ਵਿੱਚ ਕੀ ਹੈਗੇ ਆ, ਕਿੰਨੇ ਵਰਡ ਆ, ਕਿੰਨੀਆਂ ਮਾਤਰਾ, ਅਤੇ ਉਹ ਤੁਸੀਂ ਪੜ੍ਹ ਕੇ ਉੱਧਰੋਂ ਲਿਖੋ। ਵੈਸੇ ਤੁਹਾਨੂੰ ਪਤਾ ਹੋਏਗਾ, ਤੁਸੀਂ ਜ਼ਬਾਨੀ ਵੀ ਲਿਖ ਸਕਦੇ ਹੋ ਇਹ ਚੀਜ਼, ਰਾਈਟ। ਪੰਜਾਬ ਵਿੱਚ ਕਿੰਨੇ ਲੋਕ ਪੜ੍ਹ ਸਕਦੇ ਹਨ, ਰਾਈਟ? ਸੋ ਤੁਸੀਂ ਦੇਖੋਗੇ ਸ਼ਾਇਦ 69% ਸੀ। ਫੀਸਦੀ ਦਾ ਕੀ ਮਤਲਬ ਹੈ? ਪਾਠ ਪੜ੍ਹ ਕੇ ਦੇਖਣਾ। ਪੰਜਾਬ ਵਿੱਚ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ? ਮਲੇਰੀਆ ਅਸੀਂ ਗੱਲ ਕੀਤੀ ਸੀ, ਹੈਜ਼ਾ ਗੱਲ ਕੀਤੀ ਸੀ, ਰਾਈਟ। ਸੋ ਤੁਸੀਂ ਦੇਖਣਾ ਮੱਛਰਾਂ ਕਰਕੇ ਜਾਂ ਮੱਖੀਆਂ ਕਰਕੇ ਬਿਮਾਰੀਆਂ ਹੋ ਜਾਂਦੀਆਂ ਜਦੋਂ ਮੀਂਹ ਪੈਂਦੇ ਆ, ਅਤੇ ਬਹੁਤ ਜ਼ਿਆਦਾ ਗੰਦਗੀ ਕਈ ਵਾਰੀ ਵੱਧ ਜਾਂਦੀ ਹੈ ਅਤੇ ਉਹਦੇ ਕਰਕੇ ਬਿਮਾਰੀਆਂ ਹੋ ਜਾਂਦੀਆਂ। ਸੋ ਪਾਕਿਸਤਾਨ ਦੀ ਹੱਦ ਨਾਲ ਕਿਹੜੇ ਸ਼ਹਿਰ ਹਨ? ਤੁਸੀਂ ਪਾਠ ਪੜ੍ਹਨਾ ਅਤੇ ਉਹਦੇ ਵਿੱਚੋਂ ਆਂਸਰ ਲੱਭ ਕੇ ਲਿਖਣਾ, ਠੀਕ ਹੈ ਜੀ? ਇਹਨਾਂ ਸ਼ਬਦਾਂ ਦੇ ਠੀਕ ਉੱਤਰ ਚੁਣੋ। ਪੰਜਾਬ ਸਟੇਟ ਕਦੋਂ ਬਣੀ? ਯੂ ਹੈਵ 3 ਆਪਸ਼ਨਸ, ਹੈ ਨਾ? ਸੋ ਉਹਦੇ ਵਿੱਚੋਂ ਤੁਸੀਂ ਸਹੀ ਉੱਤਰ ਚੁਣਨਾ। ਪੰਜਾਬ ਸਟੇਟ 1967 ਵਿੱਚ ਬਣੀ, ਪੰਜਾਬ ਸਟੇਟ 1966 ਵਿੱਚ ਬਣੀ, ਪੰਜਾਬ ਸਟੇਟ 1968 ਵਿੱਚ ਬਣੀ, ਠੀਕ ਹੈ? ਸੋ ਪੰਜਾਬ ਵਿੱਚ ਕਿੰਨੇ ਲੋਕ ਰਹਿੰਦੇ ਹਨ? ਪੰਜਾਬ ਵਿੱਚ 36 ਬਿਲੀਅਨ ਲੋਕ ਰਹਿੰਦੇ ਹਨ, ਪੰਜਾਬ ਵਿੱਚ 36 ਲੱਖ ਲੋਕ ਰਹਿੰਦੇ ਹਨ, ਜਾਂ ਪੰਜਾਬ ਵਿੱਚ 36 ਮਿਲੀਅਨ ਲੋਕ ਰਹਿੰਦੇ ਹਨ। ਸੋ ਤੁਸੀਂ ਪਾਠ ਇੱਕ ਵਾਰੀ ਫਿਰ ਸੁਣਨਾ, ਫਿਰ ਪੜ੍ਹਨਾ, ਅਤੇ ਫਿਰ ਤੁਸੀਂ ਆਂਸਰ ਕਰਨਾ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਕਿਹੜਾ ਹੈ? ਪੰਜਾਬ ਦਾ ਸਭ ਤੋਂ ਮਸ਼ਹੂਰ ਸ਼ਹਿਰ ਅੰਮ੍ਰਿਤਸਰ ਹੈ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਪਿੰਡ ਹੈ। ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਹੈ। ਸਹੀ ਆਂਸਰ ਇਹਦੇ ਵਿੱਚੋਂ ਤੁਸੀਂ ਲੱਭਣਾ, ਠੀਕ। ਸੋ ਘਰ ਦਾ ਕੰਮ 15.4। ਸੋ ਤੁਸੀਂ ਕੁਛ ਕੰਮ ਸੋਮਵਾਰ ਕਰ ਸਕਦੇ ਹੋ, ਕੁਛ ਮੰਗਲਵਾਰ ਕਰ ਸਕਦੇ ਹੋ, ਕੁਛ ਬੁੱਧਵਾਰ ਕਰ ਸਕਦੇ ਹੋ, ਰਾਈਟ, ਅਤੇ ਫਿਰ ਵੀਰਵਾਰ ਕਰ ਸਕਦੇ ਹੋ। ਫਿਰ ਵੀ ਤੁਹਾਡੇ ਕੋਲ ਜਿਹੜਾ ਫਰਾਈਡੇ ਆ, ਇੱਕ ਦਿਨ ਬਚਦਾ, ਤੁਸੀਂ ਫਨ ਕਰ ਸਕਦੇ ਹੋ, ਅਤੇ ਫਿਰ ਤੁਸੀਂ ਜੇ ਕੋਈ ਕੰਮ ਰਹਿੰਦਾ ਹੋਵੇ ਸੈਟਰਡੇ ਕਰਕੇ, ਅਤੇ ਫਿਰ ਤੁਸੀਂ ਸੰਡੇ ਲਈ ਆਪਣਾ ਖਾਲਸਾ ਸਕੂਲ ਲਈ ਪੂਰੇ ਰੈਡੀ ਹੋ ਸਕਦੇ ਹੋ, ਠੀਕ ਹੈ ਜੀ? ਸੋ ਜਿਹੜਾ ਪ੍ਰਸ਼ਨ ਨੰਬਰ 12, ਹੇਠ ਲਿਖੇ ਵਾਕਾਂ ਦੇ ਹਿੱਸੇ ਆਪਸ ਵਿੱਚ ਜੋੜ ਕੇ ਪੂਰੇ ਵਾਕ ਬਣਾਓ, ਫਿਰ ਠੀਕ ਵਾਕ ਲਾਈਨਾਂ 'ਤੇ ਲਿਖੋ। ਅਤੇ ਇਹ ਹੈਗਾ ਸਿੱਖਾਂ ਦਾ ਸਭ ਤੋਂ ਮਸ਼ਹੂਰ, ਇੱਧਰ ਦੇਖੋਗੇ ਬਸੰਤ ਔਰ ਲੁਧਿਆਣਾ ਔਰ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਹੈ, ਹੈ ਨਾ, ਰਾਈਟ। ਸੋ ਅੰਮ੍ਰਿਤਸਰ ਸ਼ਹਿਰ ਵਿੱਚ ਹੈ। ਸੋ ਤੁਸੀਂ ਦੇਖਣਾ ਕਿ ਇਹਦੇ ਨਾਲ ਕਿਹੜਾ ਇਹਨਾਂ ਦੇ ਵਿੱਚੋਂ ਆਂਸਰ ਜਾਏਗਾ, ਅਤੇ ਉਹ ਕੰਪਲੀਟ ਮੀਨਿੰਗਫੁੱਲ ਸੈਂਟੈਂਸ ਬਣ ਜਾਏਗਾ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਵਿੱਚ ਹੈ, ਰਾਈਟ। ਸੋ ਹੋ ਸਕਦਾ ਇਹ ਆਂਸਰ ਹੋਵੇ। ਅੰਮ੍ਰਿਤਸਰ ਸ਼ਹਿਰ ਦੀ ਹੱਦ ਕਿਹੜੇ ਦੇਸ਼ ਨਾਲ ਲੱਗਦੀ ਹੈ? ਆਪਾਂ ਪੜ੍ਹਿਆ ਸੀ ਪਾਠ ਵਿੱਚ, ਤੁਸੀਂ ਦੇਖਣਾ। ਪੰਜਾਬ ਵਿੱਚ ਸਭ ਤੋਂ ਵੱਡਾ ਸ਼ਹਿਰ ਲੁਧਿਆਣਾ ਹੈ ਜਾਂ ਅੰਮ੍ਰਿਤਸਰ ਹੈ ਜਾਂ ਕੀ ਹੈ, ਤੁਸੀਂ ਦੇਖੋਗੇ। ਪੰਜਾਬ ਵਿੱਚ 4 ਮੌਸਮ ਹੁੰਦੇ ਹਨ, ਕਿਹੜੇ ਕਿਹੜੇ 4 ਮੌਸਮ ਹੁੰਦੇ ਹਨ, ਰਾਈਟ? ਸੋ ਜਿਹੜੇ ਸੀਜ਼ਨਸ ਹੁੰਦੇ ਨੇ, ਸੋ ਉਹ ਤੁਸੀਂ ਇੱਥੇ ਲਿਖੋਗੇ। ਸੋ ਪੰਜਾਬ ਦੇ ਸ਼ਹਿਰਾਂ ਦੇ ਨਾਂ ਅਤੇ ਹੋਰ ਸ਼ਬਦ ਇਸ ਸ਼ਬਦ ਖੋਜ ਵਿੱਚੋਂ ਲੱਭੋ। ਇਹ ਸ਼ਬਦ ਖੋਜ ਆ ਵਰਡ ਸਰਚ, ਉਹਦੇ ਵਿੱਚੋਂ ਤੁਸੀਂ ਪੰਜਾਬ ਦੇ ਸ਼ਹਿਰਾਂ ਦੇ ਜਾਂ ਪੰਜਾਬ ਦੇ ਡਿਸਟ੍ਰਿਕਟ ਜਿਹੜੇ ਹੈਗੇ, ਜ਼ਿਲ੍ਹੇ ਜਿਹੜੇ ਹੈਗੇ, ਉਹਨਾਂ ਦੇ ਨਾਮ ਜਾਂ ਕੁਛ ਹੋਰ ਸ਼ਬਦ ਹੈਗੇ ਆ, ਉਹ ਤੁਸੀਂ ਇਹਦੇ ਵਿੱਚੋਂ ਲੱਭੋਗੇ, ਅਤੇ ਉਹਨਾਂ ਨੂੰ ਇਹ ਸ਼ਬਦ ਤੁਹਾਨੂੰ ਦਿੱਤੇ ਹੋਏ ਹਨ, ਤੁਸੀਂ ਇਹਨਾਂ ਨੂੰ ਦੇਖ ਕੇ ਕਿ ਕਿੱਥੇ ਇਹ ਸ਼ਬਦ ਨੇ ਤੁਸੀਂ ਲੱਭਣੇ ਨੇ। ਸੋ ਅੱਜ ਵਿੱਚੋਂ ਇੰਨਾ ਹੀ, ਅਤੇ ਹੁਣ ਅਸੀਂ ਫਤਿਹ ਬੁਲਾਵਾਂਗੇ, ਅਤੇ ਤੁਸੀਂ ਆਪਣਾ ਪਾਠ ਪੜ੍ਹਨਾ। 1 ਮਿੰਟ ਵਿੱਚ ਕਿੰਨੇ ਸ਼ਬਦ ਪੜ੍ਹ ਸਕਦੇ ਹੋ ਉਹ ਰਿਕਾਰਡ ਕਰਦੇ ਰਹਿਣਾ ਤੁਸੀਂ, ਅਤੇ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਹੁਣ ਅੱਗੇ ਤੋਂ ਬੈਟਰ ਪੜ੍ਹ ਸਕਦੇ ਹੋ, ਅਤੇ ਮਤਲਬ ਇਹ ਤੁਹਾਡੇ ਜਿਹੜੀ ਹੈ ਰਵਾਨਗੀ ਪੰਜਾਬੀ ਪੜ੍ਹਨ ਦੀ ਵੱਧ ਰਹੀ ਹੈ। ਤੋ ਇਸ ਤੁਸੀਂ ਜ਼ਰੂਰ ਇਹਦਾ ਖਿਆਲ ਰੱਖਣਾ, ਠੀਕ ਹੈ ਜੀ? ਹੁਣ ਅਸੀਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।